ਪੁੱਛਦੇ ਵਿੱਚ ਨਾਗ ਪੰਚਮੀ ਹੈ। ਨਾਗ ਪੰਚਮੀ ਉਹ ਸੱਪਾਂ ਨੂੰ ਦੁੱਧ ਪਿਆਉਂਦੇ ਹੁੰਦੇ ਨੇ ਉਹਦੇ। ਅੱਛਾ ਦੁੱਧ ਨਾਗ ਚਲਾ ਗਿਆ ਗਲਾਸ ਵੇਲਾ ਹੋ ਗਿਆ ਉਹਦਾ ਵੱਡਾ ਭਰਾ ਬੈਠਾ ਫਾਰਚੂਨਰ ਦੇ ਵਿੱਚ ਬਹਿ ਕੇ ਸਰੋਇਆ ਸਾਹਿਬ ਜਿੱਥੇ ਤੁਸੀਂ ਹੱਥ ਚ ਫੜੀ ਹੈ ਕੀ ਚੱਕਰ ਹੈ? ਗੱਡੀ ਮੈਂ ਕਿਹਾ ਗੰਦੀ ਨਾ ਹੋਵੇ, ਹੇਠਾਂ ਫਰਸ਼ ਸਾਫ ਆ। ਅੱਛਾ ਹਾਂ ਬਾਬੇ ਕੀ ਹਾਲ ਹੈ? ਠੀਕ ਹੋ ਸਾਰੇ? ਤੇ ਅੱਜ ਦਾ ਵਲੋਗ ਹੈਗਾ ਚੋਰੀ ਅੰਜਮ ਸੁਰਾਇਆ ਗੁਰਚੇਤ ਚੱਤਰ ਤੁਪਾਰ ਨਾਸਰ ਢਿੱਲੋਂ ਹੋਰਾਂ ਦੇ ਨਾਲ। ਤੇ ਇੱਥੇ ਕਿੱਥੇ ਸ਼ੂਟਿੰਗ ਕਰਦੇ ਪਏ ਨੇ, ਛਾਪਾ ਮਾਰ ਰਹੇ ਹਾਂ, ਪਹੁੰਚ ਗਏ ਹਾਂ ਆਪਾਂ ਉਹਨਾਂ ਦੇ ਕੋਲ ਅਤੇ ਬਾਕੀ ਗੱਲਬਾਤ ਆਪਾਂ ਕਰਦੇ ਉਹਨਾਂ ਦੇ ਨਾਲ। ਇਸ ਡੇਰੇ 'ਤੇ ਪਤਾ ਲੱਗਿਆ ਜੀ, ਕਹਿੰਦੇ ਨੇ ਇੱਥੇ ਕਰ ਗਿਆ ਕਿਤੇ ਆਇਆ ਨੇ, ਜਨਤਾ ਬੈਠੀ ਹੋਈ ਹੈ ਅਤੇ ਉਹ ਉੱਪਰਾਂ ਗੱਡੀਆਂ ਵੀ ਖੜੀਆਂ ਨੇ। ਮੈਨੂੰ ਲੱਗਦਾ ਕਿਤੇ ਸ਼ੂਟਿੰਗ ਸ਼ਾਟਿੰਗ 'ਤੇ ਨੇ। ਆਹ ਅੰਜਮ ਸੁਰਿਆ ਸਾਹਿਬ ਦੀ 16 ਦਰੀ ਇੱਥੇ ਪਹੁੰਚ ਗਏ ਆਪਾਂ, ਬਾਕੀ ਹੁਣ ਮਿਲਦੇ ਨੇ, ਫੋਨ ਮਾਰਨੇ ਆ ਕਿਹੜੀ ਸਾਈਡ 'ਤੇ ਵੜੇ ਹੋਏ ਨੇ, ਕਿਹੜੇ ਮਰੱਬੇ 'ਚ, ਕਿਹੜੇ ਕਮਾਲ 'ਚ, ਕਿਹੜੀ ਕਣਕ 'ਚ ਵੜੇ ਨੇ, ਮਿਲਣੇ ਆ, ਬਾਕੀ ਗੱਲਬਾਤ ਕਰਨੀ। ਲੱਭਦੇ ਫਿਰਦੇ ਹਾਂ ਯਾਰ ਬੰਦੇ ਸਾਡੇ, ਪਤਾ ਨਹੀਂ ਕਿੱਥੇ ਗਾਇਬ ਨੇ। ਅੰਜਮ ਸੁਰਿਆ ਸਾਹਿਬ, ਨਾਸਰ ਢਿੱਲੋਂ ਸਾਹਿਬ, ਗੁਰਚੇਤ ਚਿੱਤਰਕਾਰ ਸਾਹਿਬ, ਇਹ ਸਾਹਿਬ ਹੀ ਨੇ ਸਾਡੇ ਵਾਸਤੇ ਸਾਰੇ। ਆਹ ਸਬਜ਼ੀ ਲੱਗੀ ਹੋਈ ਸੁਰਿਆ ਸਾਹਿਬ ਦੀ, ਅਤੇ ਇੱਥੇ ਕਿਤੇ ਸਬਜ਼ੀ ਦੇ ਵਿੱਚ ਹੀ ਵੜੇ ਵੜੇ ਹੋਏ ਨੇ। ਲੱਗਾ ਕਿ ਟਮਾਟਰ ਨੇ, ਹਾਂ ਟਮਾਟਰ ਲੱਗੇ ਨੇ ਸੁਰਿਆ ਸਾਹਿਬ ਟਮਾਟਰਾਂ ਦਾ ਵਪਾਰ ਕਰਨਗੇ। ਹਾਂ ਕਿੱਥੇ ਆ, ਕਿੱਥੇ? ਆ ਦਰਬਾਰ 'ਤੇ ਆ। ਬੰਦੇ ਲੱਭਦੇ ਲੱਭਦਿਆਂ ਸਾਨੂੰ ਲੱਭ ਗਏ ਨੇ। ਵੇਖੋ ਇਹਨਾਂ ਦੇ ਹਾਲਾਤ ਕਿੱਧਰ ਦੀ ਕਿੱਧਰ ਆਏ ਹੋਏ ਆ। ਇਹ ਹੋਰ ਆ ਦਰਬਾਰ 'ਤੇ ਸ਼ੂਟਿੰਗ ਕਰਨ ਦਾ, ਪਤਾ ਨਹੀਂ ਕਿਹੜੀ ਫਿਲਮ ਹੈ ਇਹਨਾਂ ਦੀ ਜਿਹਦੀ ਸਾਰੀ ਸ਼ੂਟਿੰਗ ਹੀ ਦਰਬਾਰ 'ਤੇ ਹੁੰਦੀ ਪਈ ਆ। ਖਰੇ ਮੰਗਤੇ ਭਿਖਾਰੀ ਤਾਂ ਨਹੀਂ ਕਿਸੇ ਫਿਲਮ ਦਾ ਨਾਂ? ਸਾਂਝਾ ਪੰਜਾਬ ਹੀ ਆ ਨਾ। ਅੱਛਾ ਦਰਬਾਰ 'ਤੇ ਕੋਈ ਸ਼ੂਟ ਕਰਦੇ ਪਏ? ਅੱਛਾ ਡੇਰਾ ਆਪਣਾ ਬਣਾਇਆ ਦਰਬਾਰ 'ਤੇ। ਚਲੋ ਬਾਬੇ ਚੱਲਦੇ ਹਾਂ ਆਪਾਂ, ਉੱਥੇ ਤੁਹਾਨੂੰ ਸ਼ੂਟ ਵਿਖਾਉਂਦੇ ਹਾਂ ਭਾ ਨਾਸਰ ਹੋਣਾ ਦਾ, ਗੁਰਚੇ ਚਿੱਤਰਕਾਰ ਸਾਹਿਬ ਦਾ। ਲੈਂਦੇ ਚੜ੍ਹਦੇ ਪੰਜਾਬ ਦੇ ਦੋਵਾਂ ਪਾਸਿਆਂ ਦੇ ਆਰਟਿਸਟ ਜਿਹੜੇ ਆ ਉਹ ਰਲੇ ਹੋਏ ਆ, ਇਕੱਲਾ ਖੈਰ ਹੀ ਕਰੇ, ਪਤਾ ਨਹੀਂ ਮਿਕਸ ਹੋ ਕੇ ਕੀ ਬਣਾਉਂਦੇ ਨੇ, ਕੀ ਕਰਦੇ ਨੇ, ਇਹ ਤਾਂ ਫਿਲਮ ਆਈ ਤੋਂ ਪਤਾ ਲੱਗੂਗਾ। ਇਹ ਖਾਧੀ ਪੀਤੀ ਦੀ ਗਰਾਰੀਆਂ ਪਸਾਉਣ ਦਾ ਇਹ ਲੱਭ ਗਿਆ, ਲੈਂਦੇ ਚੜ੍ਹਦੇ ਪੰਜਾਬ ਦੇ ਆਰਟਿਸਟ। ਸ਼ੂਟਿੰਗ ਹੋ ਰਹੀ ਆ ਭਾਊ, ਇਹ ਸ਼ੂਟਿੰਗ ਹੋ ਰਹੀ ਸਰੈਸਾ ਕੈਮਰਾ ਘੁਮਾਉਣ ਦੇ। ਇਹ ਅੰਜਨ ਸੁਰਿਆ ਜੀ, ਸ਼ਗਿਰਦ ਵੀ ਕਹੋ ਮੇਰਾ ਸ਼ਗਿਰਦ। ਨਹੀਂ 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 ਉਸਤਾਦ ਜੀ, ਦਾਦਾ ਸਾਹਿਬ ਨੂੰ ਭਾਊ ਮੇਰਾ ਖੂਨ ਵੱਧ ਗਿਆ ਜੀ। ਵਾਹ ਜੀ ਵਾਹ, ਬੈਠੋ, ਆ ਜੀਦ ਹੋਈ ਸਾਡੀ, ਇਹ ਮੇਰੀ ਭੂਆ ਦਾ ਮੁੰਡਾ ਨਾਲ ਫਾਂਸ ਕੇਰਾ ਜਿੰਨਾ ਆਪਾਂ ਲੈ ਹੋਈ ਭਾਊ ਜੀ ਇੱਕ ਵਾਰੀ ਫਿਰ ਭਾਈ। ਹਾਂਜੀ ਬੈਠੋ ਜੀ, ਬਹੁਤ ਰੌਣਕ ਲੱਗੀ, ਸ਼ੁਕਰ ਆ ਰੱਬ ਦਾ, ਬੜੀ ਰੌਣਕ ਲੱਗੀ ਸਾਡੇ ਪਿੰਡ ਹਮੇਸ਼ਾ। ਆਈ ਯਾਰ ਮਾੜਾ ਜਿਹਾ ਪਾ ਕਿੱਧਰ ਰੱਖ ਨਹੀਂ ਯਾਰ, ਉਹ ਆਣਾ ਆਪਾਂ ਨੂੰ ਮਿਲਦੀ ਆ ਸੱਚ ਸਾਹ। ਆ ਮੇਰਾ ਵਿਰਾ ਆਇਆ, ਮੇਰਾ ਵਿਰਾ ਆਇਆ, ਪਾ ਪਿਆ
ਪਾਤੇ ਨੂੰ ਤਾਂ ਪੌੜੀ ਲਾ ਕੇ ਮਿਲਣਾ ਫਿਰ ਇਹ ਕਨਸਟੇਬਲ ਹੈ ਸਾਡੇ ਕੈਮਰਾ ਮੈਨ ਹੈ ਜੀ ਇਹ ਸਾਡਾ ਘਰਾਚੋ ਵਾਲਾ ਪਰੋਣਾ ਇਹ ਫਿਲਮ ਦੇ ਵਿੱਚ ਮੂੰਹ ਨੂੰ ਪਰੋਣਾ ਕਰਨ ਨੂੰ ਪਹਿਲਾਂ ਮੇਰੀ ਤੇ ਭਾ ਦੀ ਦੇਖ ਲਓ ਚਲ ਬਣਾ ਲਾ ਤੇ ਬਣਾ 2 ਵਜੇ ਬਣਾ ਭਾ ਲਾ ਮੈਂ ਸੈਂਟਰ ਖੜਾ ਕਰ ਚਲੋ ਸਾਰੇ ਵਿੱਚ ਆਣ ਤੂੰ ਇਕੱਲੇ ਮੈਨੂੰ ਲਈ ਜਾਂਦਾ ਮੈਂ ਥੋੜਾ ਪਿੱਛੇ ਹੋ ਗਿਆ ਸਾਰੇ ਵਿੱਚ ਆਣ ਨਾ ਸਾਈਨ ਨੰਬਰ ਦੇ ਚਲੋ ਪਹਿਲ ਨੰਬਰ ਦੇ ਅਸਲਾਮ ਵਾਲੇਕਮ ਜੀ ਅਸੀਂ ਇਸ ਟਾਈਮ ਰਹਿਮੇ ਸ਼ਾਹ ਦੇ ਵਿੱਚ ਬੈਠੇ ਹਾਂ ਹੰਜਰਾਜ ਸਾਹਿਬ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਹਾਂ ਰਾਣਾ ਜਬਾਰ ਸਾਹਿਬ ਬੈਠੇ ਲਾਹੌਰ ਤੋਂ ਤਸ਼ਰੀਫ ਫਰਮਾ ਜੀ ਚਾਚਾ ਬੂਟਾ ਬੈਠਾ ਨਾਸਰ ਢਿੱਲੂ ਸਾਹਿਬ ਬੈਠੇ ਹੰਜਰਾਜ ਸਾਹਿਬ ਆ ਮੈਂ ਅਰਫਾਨ ਸਖੇਰਾ ਸਾਡਾ ਮਸੀਹ ਹੈ ਜੀ ਸ਼ਾਹ ਸੁਰਿਆ ਸਾਹਿਬ ਬੈਠੇ ਹਾਂ ਜੀ ਇੱਥੇ ਫਿਲਮ ਬਣ ਰਹੀ ਹੈ ਉੱਪਰ ਆਪਣਾ ਸ਼ੂਟਿੰਗ ਹੋ ਰਹੀ ਹੈ ਅਤੇ ਇੱਥੇ ਸ਼ੂਟਿੰਗ ਦੇ ਵਿੱਚ ਹੀ ਵਰਦੀ ਪਾਈ ਹੋਈ ਕਿਤੇ ਇਹ ਨਾ ਸਮਝੋ ਵੀ ਸੱਚੀ ਐਸ ਐਚ ਓ ਬੈਠਾ ਹਾਂਜੀ ਜਿਹੜਾ ਅਸਲ ਐਸ ਐਚ ਓ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਅੱਛਾ ਜੀ ਬਹੁਤ ਚੰਗਾ ਲੱਗਾ ਹੰਜਰਾ ਸਾਹਿਬ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਹਾਂ ਸਾਡੀ ਈਦ ਹੋ ਗਈ ਜੀ ਈਦ ਦਾ ਮੌਕਾ ਉੱਤੋਂ ਫਿਲਮ ਬਣ ਰਹੀ ਆ ਚੜ੍ਹਦੇ ਪੰਜਾਬ 'ਚੋਂ ਪ੍ਰਾਹੁਣੇ ਆਏ ਹੋਏ ਹੀਰੋ ਆਏ ਹੋਏ ਬਾਈ ਚੇਤੇ ਜੇ ਮਿੰਟ ਹੈਗਾ ਤੇ ਆ ਜਾਓ ਕਰੋ ਕੰਮ ਕਰੋ ਕੰਮ ਨਹੀਂ ਛੱਡਣਾ ਨਾਲ ਨਾਲ ਕੰਮ ਵੀ ਨਿਬੇੜੀ ਜਾਂਦੇ ਹਾਂ ਉੱਤੋਂ ਮੀਂਹ ਜਾਂ ਦੱਸਿਆ ਸਿਆਣੇ ਕਹਿੰਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਰੱਬ ਸੋਨੇ ਦੀ ਕਣੀ ਵੀ ਨਾ ਪਾਵੇ ਕਣਕਾਂ ਪੱਕੀਆਂ ਹੋਈਆਂ ਤੇ ਉੱਤੋਂ ਬੱਦਲ ਜੇ ਹੋਏ ਆ ਅੱਲਾ ਦੀ ਜ਼ਾਤ ਖੈਰ ਕਰੇ ਤੇ ਇਦਾਂ ਹੀ ਅਸੀਂ ਹੁਣ ਤੁਹਾਡੇ ਨਾਲ ਜੁੜੇ ਹੋਏ ਹਾਂ ਜਿੱਦਾਂ ਜਿੱਦਾਂ ਅਸੀਂ ਰੋਜ਼ ਕਰਦੇ ਰਵਾਂਗੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦੇ ਵੀ ਉਹ ਬੈਠੇ ਗੱਲਾਂ ਗੁੱਲਾਂ ਕਰਦੇ ਇਹਨਾਂ ਦਾ ਸਮਝਣ ਵਿੱਚ ਰੋਇਆ ਝੂਠ ਬੋਲਦਾ ਚੜ੍ਹਦੇ ਗੱਲ ਪੱਕੀ ਕਰੀ ਤੇ ਹੰਜਰਾ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰ ਗੁਜ਼ਾਰ ਹਾਂ ਜੀ ਹਾਂਜੀ ਇਹ ਜੀ ਜਿਹੜੀ ਫਿਲਮ ਹੁਣ ਬਣ ਰਹੀ ਆ ਇਹ ਚੱਲਣੀ ਆ ਇੰਡੀਆ ਦੇ ਵਿੱਚ ਜਿਹੜੀ ਅਗਲੀ ਫਿਲਮ ਬਣ ਰਹੀ ਆ ਉਹਦੇ 'ਚ ਉਹ ਫਿਲਮ ਦੇ ਵਿੱਚ ਤੁਹਾਨੂੰ ਨਾਸਰ ਢਿੱਲੋ ਸਾਹਿਬ ਹੰਜਰਾ ਸਾਹਿਬ ਹੀਰੋ ਹਾਂ ਜੀ ਮੈਂ ਸੈਡ ਹੀਰੋ ਹਾਂ ਜੀ ਆਹ ਵਿਲਨ ਆ ਕਾਰਪਿੰਡਰ ਸਾਹਿਬ ਹਾਂ ਅਤੇ ਅਸੀਂ ਸਾਰੇ ਰਲ ਕੇ ਬਣਾ ਰਹੇ ਹਾਂ ਜੀ ਉਹ ਬੜੀ ਬਲਾ ਫਿਲਮ ਆ ਕਿਉਂ ਜੀ ਹਾਂ ਵੱਡੀ ਫਿਲਮ ਆ ਇਹ ਵੀ ਵੱਡੀ ਫਿਲਮ ਆ ਜਿਹੜੀ ਅੱਜ ਬਣੀ ਅਤੇ ਉਹ ਜਿਹੜੀ ਹੁਣ ਅਸੀਂ ਬਣਾਉਣੀ ਆ ਉਹ ਵੀ ਵੱਡੀ ਫਿਲਮ ਆ ਵੱਡੀ ਸਕਰੀਨ ਦੇ ਉੱਤੇ ਉਹ ਵੀ ਅੱਲਾ ਖਿਆਲ ਰੱਖੇ ਤੁਹਾਨੂੰ ਛੇਤੀ ਦਿਖਾਵਾਂਗੇ ਹਾਂਜੀ ਉਹਦੇ ਵਿੱਚ ਤੁਸੀਂ ਸੁਰਿਆ ਸਾਹਿਬ ਦੀ ਐਕਟਿੰਗ ਦੇ ਹੁਨਰ ਦੇਖੋਗੇ ਜੋਹਰ ਦੇਖੋਗੇ ਸਰਦਾਰ ਰਾਈ ਤੋਂ ਬਾਅਦ ਇੱਕ ਵੱਡਾ ਕਲਾਕਾਰ ਪਾਕਿਸਤਾਨ ਨੂੰ ਕੋਈ ਮਿਲਿਆ 2024 ਦੇ ਵਿੱਚ ਹਾਂ ਮੈਂ ਵੀ ਕਰਮ ਜਾ ਉਹਨਾਂ ਨੇ ਬੋਲੇ ਰੱਖੀ ਆ ਬਾਹਰ ਹਾਂ ਉਹ ਫਿਰ ਇਦਾਂ ਕਰਦਾ ਵਰਦੇ ਤਾਂ ਜੀ ਇਹ ਸੀਨ ਹੁੰਦਾ ਨਾ ਫਿਲਮਾਂ ਦੇ ਵਿੱਚ ਬਾਲ ਮੱਤੇ ਦੇ ਵਿੱਚ ਇਦਾਂ ਚੱਕਿਆ ਕਰਦਾ ਫਿਲਮ ਦੇ ਵਿੱਚ ਆਵਾਂ ਇਹ ਲੁੱਟਣ ਦਾ ਕਰੈਕਟਰ ਆ ਸੁਰਿਆ ਸਾਹਿਬ ਤੁਹਾਨੂੰ ਸ਼ੁਰੂ ਵਿੱਚ ਵਾਲਾ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਇਹ ਛੜਿਆ ਦੀ ਹੈ ਜੀ ਹੀਰਵਨ ਹੈ ਹੀ ਨਹੀਂ ਤੇ ਹੁਣ ਦੇਖੋ ਨਾਸਰ ਢਿੱਲੋਂ ਸਾਹਿਬ ਹੀਰਵਨ ਵਾਲੀ ਬਣਾਉਂਦੇ ਆ ਉਹ ਵੀ ਇਕੱਲੇ ਸਾਡੇ ਛੜਿਆਂ ਦੀ ਹੁੰਦੀ ਜਿਹੜੀ ਵੀ ਹੋਈ ਅਸੀਂ ਚੰਗੇ ਮੁੱਦੇ ਤੇ ਬਣਾਵਾਂਗੇ ਮਕਸਦ ਵਾਲੀ ਕੋਈ ਮਤਲਬ ਵਾਲੀ ਕੋਈ ਸਬਕ ਵਾਲੀ ਫਿਲਮ ਹੋਊਗੀ ਇਹ ਨਹੀਂ ਵੀ ਹਾਹਾ ਹਾ ਜੀ ਗੱਲਬਾਤ ਵਾਲੀ ਫਿਲਮ ਹੋਊਗੀ ਤੇ ਤੁਸੀਂ ਆਉਣ ਵਾਲੀ ਫਿਲਮ ਦੇ ਬਾਰੇ ਕੋਈ ਗੱਲਬਾਤ ਦੱਸ ਦਿਓ ਜ਼ਰੂਰ ਆਉਣ ਵਾਲੀ ਫਿਲਮ ਜਿਹੜੇ ਇੱਥੋਂ ਦੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਪੰਜਾਬ ਦੀ ਨੂੰ ਮੁੱਖ ਰੱਖਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਬਣਾਉਣ ਦੀ ਕਿ ਅੱਗੇ ਕੁਛ ਪਿਛਲੇ ਦੌਰ ਦੇ ਵਿੱਚ ਬਣਦੀਆਂ ਰਹੀਆਂ ਨਾ ਉਹ ਗੁਜਰਾ ਫਲਾਣਾ ਮਤਲਬ ਉੱਥੇ ਗਾਣੇ ਵੀ ਉਸ ਸਾਲ ਦੇ ਅਸੀਂ ਕੋਸ਼ਿਸ਼ ਕਰਾਂਗੇ ਵੀ
ਪਿਓਰ ਪਿੰਡਾਂ ਵਾਲੀ ਲਾਈਫ ਜਿਹੜੇ ਨੇ ਵੀ ਰਿਕਾਰਡਿੰਗ ਸ਼ੂਟ ਵੀ ਉਹਨਾਂ ਪਿੰਡਾਂ 'ਚ ਜਾ ਕੇ ਉਸ ਏਰੀਏ 'ਚ ਕਰੀਏ ਵੀ ਸਾਨੂੰ ਸਟੂਡੀਓ ਦੀ ਲੋੜ ਨਹੀਂ ਕਿਉਂਕਿ ਜੇ ਤੁਸੀਂ ਆਪਣਾ ਆਪ ਹੋਣਾ ਸਾਨੂੰ ਸਾਰਾ ਸਾਡੇ ਪਿੰਡ ਹੀ ਸਟੂਡੀਓ ਸਟੂਡੀਓ ਉਸ ਤਰ੍ਹਾਂ ਦਾ ਅਸੀਂ ਤੁਹਾਨੂੰ ਬਣਾ ਕੇ ਆਵਾਂਗੇ ਫਿਰ ਕੋਸ਼ਿਸ਼ ਕਰਾਂਗੇ ਕਿ ਉਹ ਪੰਜਾਬੀ ਇੰਡਸਟਰੀ ਦੀ ਰਿਵਾਈਵਲ ਜਿਹੜੀ ਦੁਬਾਰਾ ਜਿਹੜਾ ਕਲਚਰ ਪਹਿਲਾਂ ਵਿਖਾਇਆ ਗਿਆ ਗਨ ਕਲਚਰ ਉਹ ਪੰਜਾਬ ਦਾ ਕਲਚਰ ਗੋਲੀ ਨਾਲ ਤੁਸੀਂ 30-30 ਬੰਦੇ ਮਾਰਨੇ ਆ ਉਹ ਆਪਣਾ ਕਲਚਰ ਨਾਲੇ ਸਹੀ ਗੱਲ ਸੀ ਕਿ ਉਹਨਾਂ ਨੂੰ ਪਤਾ ਵੀ ਨਹੀਂ ਵੀ ਉਹ ਮੈਂ ਪੋਸਟਰ ਵੇਖਿਆ ਇਨਸ਼ਾਲਾ ਜੀ ਮੇਰੇ ਰੱਬ ਸੋਹਣੇ ਨੇ ਚਾਹਿਆ ਨਾ ਤੇ ਅਸੀਂ ਜਿਵੇਂ ਪੰਜਾਬੀ ਦੇ ਸਰਮੇ ਨੂੰ ਚੱਕਾਂਗੇ ਰਲ ਮਿਲ ਕੇ ਸ਼ੂਟਿੰਗ ਹੋ ਗਈ ਭਾ ਨਸਰ ਹੋਣਾ ਵੀ ਬੰਦ ਕਿਉਂਕਿ ਮੀਂਹ ਆ ਗਿਆ ਭਾ ਹੁਣੀ ਕਿੱਥੇ ਆ ਭਾ ਨਸਰ ਹੋਣੀ ਕਿੱਥੇ ਆ ਅੱਛਾ ਉਹ ਤੂੰ ਚਿੱਟਾ ਕਿੰਨਾ ਹੁੰਦਿਆ ਵੇ ਸੁਰਿਆ ਵੀ ਚਿੱਟਾ ਹੁੰਦਾ ਸੱਚੀ ਬਗੈਰ ਮੇਕਅਪ ਤੋਂ ਬੜੀ ਖੁਰਾਕ ਹਾਂ ਨਾਲੇ ਕੱਟੇ ਦਾ ਗੋਸ਼ਤ ਖਾਂਦਾ ਮੈਂ ਚੋਰੀ ਤੋਂ ਸ਼ੂਟਿੰਗ ਬੰਦ ਹੋ ਗਈ ਮੀਂਹ ਆ ਗਿਆ ਭਾ ਦੁਬਾਰਾ ਗਈ ਮੈਂ ਨਮਾਜ਼ ਪੜ੍ਹ ਲਓ ਸਾਰਾ ਫੋਨਾਂ 'ਚ ਬੜੇ ਰਹਿੰਦੇ ਹੋ ਅੱਛਾ ਚੱਲ ਆਪਾਂ ਪੜੀਏ ਨਮਾਜ਼ ਆ ਜਾ ਉਹ ਭਾ ਕਹਿੰਦਾ ਸਫ਼ਰ ਸਾਨੂੰ ਮਾਫ਼ ਹੈ ਪੰਜਾਬ ਪੁਲਿਸ ਅੱਗੇ ਕਹਿੰਦੇ ਸੀ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਬਾਬਲ ਨਗਰ ਤੋਂ ਬਾਅਦ ਹੁਣ ਅੱਜ ਮੈਂ ਤੁਹਾਨੂੰ ਪੁੱਛਦੇ ਵੀ ਨਾਗ ਪੰਚਮੀ ਹੈ ਨਾਗ ਪੰਚਮੀ ਉਹ ਸੱਪਾਂ ਨੂੰ ਦੁੱਧ ਪਿਆਉਂਦੇ ਹੁੰਦੇ ਨੇ ਉਹਦੇ ਅੱਛਾ ਨਾਗ ਪੰਚਮੀ ਜਿਵੇਂ ਜਿਵੇਂ ਹੁੰਦਾ ਬਸੰਤ ਪੰਚਮੀ ਜਿਵੇਂ ਉਹਦਾ ਵੱਡਾ ਭਰਾ ਬੈਠਾ ਗੱਲ ਇਹ ਮੈਂ ਸਵੇਰੇ ਘਰੋਂ ਨਿਕਲਿਆ 6 ਵਜੇ ਅੱਛਾ ਤੇ ਨਾਸ਼ਤਾ ਕੀਤਾ ਕੋਈ ਨੀ ਤੇ ਦੁੱਧ ਦਾ ਕੱਪ ਪੀਤਾ ਟਾਈਮ ਵੇਖ ਲਓ ਕੀ ਹੋ ਗਿਆ ਟਾਈਮ 1:10 ਸੁਰਿਆ ਸਾਹਿਬ ਹੁਣ ਤੁਹਾਡੇ ਕੋਲ ਜਨਤਾ ਇੰਨੇ ਬੰਦੇ ਆਏ ਤੇ ਖਵਾਓ ਲੰਗਰ ਉਹਨਾਂ ਨੂੰ ਤਿਆਰ ਆ ਮਸਲਾ ਇਹ ਬਣਿਆ ਵੀ ਮੀਂਹ ਪੈਣ ਲੱਗ ਗਿਆ ਸ਼ੂਟਿੰਗ ਰੁਕ ਗਈ ਅੱਛਾ ਪਕਾਇਆ ਕੀ ਅੱਜ ਨਹੀਂ ਯਾਰ ਅੱਜ ਮੈਂ ਉਸ ਨੇ ਪਕਾਇਆ ਯਾਰ ਸਖਾ ਖਾ ਕੇ ਅਸੀਂ ਅੱਕੇ ਪੈ ਸਾਨੂੰ ਦਾਣਾ ਕਿਉਂ ਕੋਈ ਪਕਾਈ ਨਹੀਂ ਸ਼ੁਕਰ ਹੈ ਭਾ ਤੂੰ ਸਾਡੀਆਂ ਬੇੜੀਆਂ 'ਚ ਵੱਟੇ ਨਾ ਨਾ ਪਾ ਉਹ ਨਹੀਂ ਭਾਜੀ ਰੋਜ਼ ਹੀ ਖਾਈ ਜਾਂਦੇ ਨੇ ਰੋਜ਼ ਹੀ ਬੱਕਰੇ ਮਲੈਮ ਦਾਲ ਐਦਾਂ ਹੰਜਰਾ ਸਾਹਿਬ ਤਿਲਕ ਕੇ ਅੰਦਰ ਜਾਓ ਸਾਨੂੰ ਨਹੀਂ ਚਾਹੀਦੀ ਮੁਰਗੇ ਦੀ ਫੋਟੋ ਦੇ ਉਹਨੂੰ ਲਾ ਲਾ ਕੇ ਖਾ ਲਓ ਬੱਕਰੇ ਬੱਕਰਾ ਕੋਲੇ ਬੰਨਦੇ ਕੋਲ ਖੱਟਾ ਖਲੋਤਾ ਕੱਟੇ ਨੂੰ ਲਾ ਲਾ ਕੇ ਖਾ ਲਓ ਨਹੀਂ ਲੱਗਦਾ ਰੁਕਦਾ ਨੀ ਨਾ ਰੁਕੇ ਤੇ ਨਾ ਸ਼ੂਟਿੰਗ ਦੁਬਾਰਾ ਸ਼ੁਰੂ ਹੋਵੇ ਗੰਦੀ ਨਾ ਹੋਵੇ ਹੇਠਾਂ ਫਰਸ਼ ਸਾਫ ਆ ਅੱਛਾ ਬਾਰਿਸ਼ ਪਈ ਅਸੀਂ ਕਰਨ ਲੱਗੇ ਆ ਲੰਗਰ ਪਾਣੀ ਜੀ
ਸ਼ੂਟਿੰਗ ਇਥੋਂ ਹੋ ਗਈ ਆ। ਵੈਸੇ ਸੁਰੇਆ ਗੱਲ ਹੈ, ਵਿਊ ਬੜਾ ਸੋਹਣਾ ਬਣ ਗਿਆ ਬਾਰਿਸ਼ ਨਾਲ, ਨਿਖਰ ਗਈ ਅਰਸ਼ਾ ਹੈ ਨਾ, ਰੁੱਖਾਂ ਦੇ ਵੀ ਰੁੱਤ ਆਈ, ਮੌਸਮ ਬਾਹਰ ਲੰਘ ਗਈ। ਹੁਣ ਸਹੀ ਆਉਂਦਾ ਪਹਿਲਾਂ ਵੀ ਇਧਰ ਤੇ ਸਹੀ ਆ ਲਾਈਵ ਚੱਲਦਾ ਕਿਹੜਾ ਨਹੀਂ ਰਿਕਾਰਡ ਕਰਦਾ ਪਿਆ, ਇਹ ਵੀ ਚੱਲ ਹੀ ਜਾਊਗਾ ਬਾਅਦ ਚ। ਹਾਂ ਚੱਲੂਗਾ। ਵਾਹ ਵਾਹ ਹਜਰਾ ਸਾਹਿਬ ਤੁਹਾਡੇ ਕੈਮਰੇ ਚ ਅਸੀਂ ਆ ਗਏ ਆ, ਸਾਨੂੰ ਬੜੀ ਖੁਸ਼ੀ ਦੀ ਗੱਲ ਆ। ਅੱਛਾ ਜੁੱਤੀ ਫਾਰਚੂਨਰ ਚ ਬਹਿ ਕੇ ਹੱਥ ਚ ਬੜੀ ਚੜਾਵਾਂਗੇ ਆਪਾਂ ਚੱਕਰ। ਤੇਰੇ ਨਾਲ ਸੱਜੇ ਹੱਥ ਨੂੰ ਪਤਾ ਕਿੱਡਾ ਵੱਡਾ ਐਕਟਰ ਬੈਠਾ ਸੁਖੀ। ਹਾਂ ਸੁਖੀ ਕੈਸੇ ਹੋ, ਕੈਸੇ ਹੋ ਨੇ, ਕਿੱਦਾਂ ਜਾਂ ਕੀ ਹਾਲ ਹੋ, ਕੀ ਹਾਲ ਨੇ? ਹਾਂ ਤੂੰ ਭਰਾ ਮੇਰੇ ਨਾਲ ਉੱਠਦੇ ਸ਼ੁਰੂ ਕਰਤੀ, ਮੈਨੂੰ 8 ਸਾਲ ਹੋ ਗਿਆ ਪੰਜਾਬੀ ਦਾ ਪ੍ਰਚਾਰ ਕਰਦੇ ਨੂੰ। ਹਾਏ ਹਾਏ ਕਿਉਂ ਸੁਰਿਆ ਸਾਹਿਬ, ਮੈਂ ਕਿਹਾ ਮੇਰਾ ਜਿਹੜਾ ਉਰਦੂ ਬੋਲੇ ਸੀ ਲੰਮਿਆਂ ਕਰ ਲੰਮੇ। ਅੱਛਾ 180 ਕਿਲੋਮੀਟਰ ਤੋਂ ਮਠਾਈ ਆਈ ਹੈ ਹਜਰਾ ਸਾਹਿਬ। ਹਾਂਜੀ ਭਾਈ ਜੀ, ਇਹ ਫੈਨ ਆਇਆ ਮੈਂ ਰਾਈਵਟ ਤੋਂ। ਇਹ ਸੁਰਿਆ ਸਾਹਿਬ ਫੈਨ ਫੋਨ ਨਹੀਂ ਨਾ ਭਰਾ, ਸੁਰਿਆ ਸਾਹਿਬ ਦਾ ਕਿੰਨੇ ਹੁੰਦੇ ਨੇ ਖਾਲੀ ਬਾਹਾਂ ਲਮਕਾ ਕੇ ਆ ਜਾਂਦੇ ਕੁਛ ਲੈ ਕੇ ਆਇਆ ਕਰੋ, ਲੱਗਦਾ ਨਹੀਂ ਤੁਸੀਂ ਕਿਹਦਾ ਹੋਵੇ। ਅਸੀਂ ਜੀ ਉਧਰੋਂ ਮੀਂਹ ਪੈਂਦਾ ਸੀਗਾ ਤੇ ਮੀਂਹ ਰੁਕਿਆ ਨੀ, ਫਿਰ ਅਸੀਂ ਇੱਥੇ ਆ ਗਏ ਹਜਰਾ ਸਾਹਿਬ ਨੂੰ ਨਾਲ ਲੈ ਕੇ, ਤੇ ਥੋੜਾ ਜਿਹਾ ਕੰਮ ਰਹਿ ਗਿਆ ਉਹ ਫਿਰ ਜਾ ਕੇ ਕਰਾਂਗੇ। ਹਾਂਜੀ, ਤੇ ਅਸੀਂ ਬੈਠੇ ਆ, ਰੌਣਕ ਲੱਗੀ ਹੈ ਜੀ, ਬੰਦੇ ਦੂਰੋਂ ਦੂਰੋਂ ਮਿਲਣ ਆਏ ਆ, ਜਿੱਦਾਂ ਕਿ ਦੱਸਿਆ ਤਾਂ 16 ਤਰੀਕ ਬੜਾ ਵਧੀਆ ਮੌਸਮ ਬਣਿਆ ਹੋਇਆ, ਪਰ ਰਿਜ਼ਕ ਰੱਬ ਦੀ ਦਾਤ ਆ। ਕਈ ਵਾਰੀ ਏਦਾਂ ਹੋਇਆ ਵੀ ਮੀਂਹ ਵੀ ਪਏ ਤੇ ਕਣਕਾਂ ਦੇ ਝਾੜ ਵੀ ਚੰਗੇ ਸੀ। ਜੱਟ ਸਾਹਿਬ ਨੇ ਜੀ ਪਹਿਲੇ ਕਹਿੰਦਾ ਨਾ ਮੇਰੀ ਮੁਲਾਕਾਤ ਹੋਈ ਹੈ, ਬੜਾ ਨਾਂ ਸੁਣਿਆ ਜੀ ਇਹਨਾਂ ਦਾ, ਇੱਕ ਵਧੀਆ ਪਰਸਨੈਲਿਟੀ ਨੇ, ਦੂਰ ਦੂਰ ਤੱਕ ਲੋਕ ਜਾਣਦੇ ਨੇ, ਅੱਜ ਵੀ ਲਾਗੇ ਬੈਠੇ ਨਸ ਢਿੱਲੋਂ ਸਾਹਿਬ ਬਾਕੀ ਗੱਲਬਾਤ ਪਰਲੇ ਜੱਟ ਸਾਹਿਬ ਸੁਣਾਉਣਗੇ, ਸ਼ੇਰ ਸੁਣਾਉਂਦੇ ਨੇ, ਗੱਲ ਸੁਣਾਉਂਦੇ ਨੇ, ਘਰ ਸੁਣਾਉਂਦੇ ਨੇ, ਕਿਸਿੱਧਾ ਪੜ੍ਹਦੇ ਨੇ, ਜੋ ਵੀ ਉਹਨਾਂ ਦੀ ਮਰਜ਼ੀ।
ਇੱਕ ਮੇਰੀ ਨਜ਼ਮ ਸੀ ਅਜੇ ਆਪਣਾ ਨੌਵੀਂ ਦਸਵੀਂ ਕਲਾਸ ਤੋਂ ਸ਼ੁਰੂ ਕੀਤੀ, ਬੜੀ ਵੱਡੀ ਹੈ, ਇੱਕ ਔਰ ਤਰੱਕੀ 'ਤੇ ਜਾ ਰਹੀ ਹੈ। ਉਹਦੇ ਵਿੱਚ ਮਤਲਬ ਸੁਣਾ ਲੈ ਫਿਰਿਆ ਟੋਟਾ ਕੰਮ ਦਾ ਕਰ ਲਿਓ ਵਿੱਚ। ਵਾਹ 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 ਵਾਹ। ਕਹਿੰਦਾ ਅੱਜ ਹਾਲਤ ਵੇਖ ਕੇ ਦੁਨੀਆਂ ਦੀ ਮੇਰੀ ਤਬੀਅਤ ਬੜੀ ਘਬਰਾ ਰਹੀ ਹੈ, ਨੇਕੀ ਵੱਲ ਕੋਈ ਧਿਆਨ ਨਹੀਂ, ਸਾਰੀ ਦੁਨੀਆਂ ਬੜੀ ਬਿਮਾਰੀ। ਇਹ ਹਕੂਮਤ ਨਵੀਂ ਨਵੇਲੀਏ ਮਨਮਾਨੀ ਅੱਜ ਮਨਾ ਰਹੀ ਹੈ, ਦੁਨੀਆਂ ਨੂੰ ਮੌਤ ਨਹੀਂ ਯਾਦ ਰਹੀ, ਅੱਲਾ ਦਾ ਖੌਫ ਭੁਲਾ ਰਹੀ ਹੈ, ਵੱਡੇ ਤੋਂ ਲੈ ਕੇ ਨਿੱਕੇ ਤਿੱਕਰ ਬੇੜੀ ਬਹਿੰਦੀ ਜਾ ਰਹੀ ਹੈ। ਮੈਨੂੰ ਕਹਿੰਦੇ ਨੇ ਜੱਟਾ ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਹੈ। ਵਾਹ ਵਾਹ ਵਾਹ। ਰਿਸ਼ਵਤ ਦੀ ਵੀ ਹੱਦ ਨਾ ਲੋਕੋ, ਚੱਲਦੀ ਏ ਭਈ ਆਮ, ਪੁਲਿਸ ਦਾ ਨਾਂ ਬਦਨਾਮ ਪੇ ਕਰਦੇ ਮਹਿਕਮੇ ਹੋਰ ਨੇ ਆਮ, ਪੈਸੇ ਦੇਵੋ ਕੰਮ ਕਰਾਵੋ ਬਿਨ ਪੈਸੇ ਨਾਕਾਮ, ਦਫਤਰਾਂ ਦੇ ਵਿੱਚ ਬਹਿੰਦੇ ਨਾ ਹੀ ਕੋਠੀ ਤੇ ਮੁੱਕ ਮੁਕਾ ਰਹੀ ਏ। ਮੈਨੂੰ ਕਹਿੰਦੇ ਨੇ ਜੱਟਾ ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਹੈ। ਅੱਜ ਕੁੜੀਆਂ ਮੁੰਡੇ ਇੱਕੋ ਜਿਹਾ ਫੈਸ਼ਨ ਪਾਉਂਦੇ ਆ, ਰੰਗਦਾਰ ਕਮੀਜ਼ਾਂ ਬੁਸ਼ਟ ਪੈਂਟਾਂ ਨਾਲ ਖੁਸ਼ੀ ਦੇ ਪਾਉਂਦੇ ਆ। ਅੱਜ ਕੁੜੀਆਂ ਵਾਂਗੂ ਸਿਰ ਤੇ ਲੰਬੇ ਲੰਬੇ ਵਾਲ ਰਖਾਉਂਦੇ ਆ, ਜਦੋਂ ਟੁਰਦੇ ਨੇ ਤੇ ਟੋਰ ਵੀ ਆਪਣੀ ਕੁੜੀਆਂ ਵਾਂਗ ਬਣਾਉਂਦੇ ਆ। ਹੁਣ ਕੁਝ ਵੀ ਨਹੀਂ ਮਾਲੂਮ ਹੁੰਦਾ, ਉਹ ਆ ਰਿਹਾ ਕਿ ਆ ਰਹੀ ਏ। ਮੈਨੂੰ ਕਹਿੰਦੇ ਨੇ ਚੁੱਪ ਕਰ ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਹੈ। ਔਰਤ ਦਾ ਮਾਣ ਹੀ ਪਰਦਾ ਏ, ਕੁਰਾਨ ਗਵਾਹੀ ਦੇ ਰਿਹਾ ਏ, ਔਰਤ ਨੂੰ ਰੱਖੋ ਪਰਦੇ ਵਿੱਚ, ਇਸਲਾਮ ਦੁਹਾਈ ਦੇ ਰਿਹਾ ਏ, ਪਰ ਤੌਰ ਤਰੀਕਾ ਦੁਨੀਆਂ ਦਾ ਕੁਝ ਔਰ ਦਿਖਾਈ ਦੇ ਰਿਹਾ ਏ, ਪਰਦਾ ਨਹੀਂ ਹੋਣਾ ਚਾਹੀਦਾ, ਇਹ ਸ਼ੋਰ ਸੁਣਾਈ ਦੇ ਰਿਹਾ ਏ। ਮੈਂ ਮਰਦ ਦੇ ਦੋਸ਼ ਬਦੋਸ਼ ਚੱਲੂੰਗੀ, ਔਰਤ ਰੇਟ ਲਗਾ ਰਹੀ ਏ। ਮੈਨੂੰ ਕਹਿੰਦੇ ਨੇ ਜੱਟਾ ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਿਹਾ ਕਿ ਦੁੱਧ ਖੋਇਆ ਬਾਜ਼ਾਰੋਂ ਲੱਭਦਾ ਨਹੀਂ ਪਈ, ਦੁਨੀਆਂ ਤਲੀਆਂ ਮਲਦੀ ਏ, ਕਿ ਉਹ ਪਾਕਿਸਤਾਨੀ ਖਾ ਲਈਏ ਤੇ 8 ਦਿਨ ਛਾਤੀ ਜਲਦੀ ਏ, ਜੇ ਦਾਲ ਲਿਆ ਕੇ ਚਾੜ ਲਈਏ ਤੇ 3 ਘੰਟੇ ਨਾਲ ਗਲਦੀ ਏ। ਵਾਹ ਜੀ ਵਾਹ। ਮਨ ਪਾਲਣ ਅੱਗ ਖਾਲਿਆ ਮੂਲ ਨਾ ਬਲਦੀ ਏ। ਵੇਖੋ ਲੋਕੋ, ਕੌਮ ਸਾਡੀ ਇੱਕ ਦੂਜੇ ਨੂੰ ਵੱਢ ਵੱਢ ਖਾ ਰਹੀ ਏ। ਮੈਨੂੰ ਕਹਿੰਦੇ ਨੇ ਜੱਟਾ ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਏ। ਵਾਹ ਜੀ ਵਾਹ। ਵਾਹ ਜੀ ਬੜੀ ਮਿਹਰਬਾਨੀ ਜੀ, ਫਿਰ ਜਿੱਦਾਂ ਜਿੱਦਾਂ ਗਾਂ ਗਾਂ ਅਸੀਂ ਫਿਰ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਅੱਜ ਦੀ ਗੱਲਬਾਤ ਤੇ। ਹੁਣ ਅਸੀਂ ਚੱਲੇ ਹਾਂ ਵਾਪਸ ਰਹਿਮੇ ਸ਼ਾਹ ਤੋਂ ਅਜੀਤ ਦੇ ਕੋ ਇਜਾਜ਼ਤ ਲੈਨੇ ਆ ਤੇ ਪਿੰਡ ਆ ਜੋ ਮਿਲਦੇ ਆ ਫਿਰ ਚੱਲਦੇ ਆ। ਪ੍ਰਵੀਨ ਚੱਟ ਸਾਹਿਬ ਨੇ, ਮੈਂ ਸੂਬਾ ਦਾ ਆਇਆ ਜੱਟ ਸਾਹਿਬ, ਬੜਾ ਸੋਹਣਾ ਇਨਸਾਨ ਤੇ ਬੜੀ ਸੋਹਣੀ ਗੁਫ਼ਤਗੂ, ਸ਼ਾਇਰੀ ਤੁਹਾਡੀ ਮੈਨੂੰ ਬੜੀ ਪਸੰਦ ਆਈ। ਕੱਕ ਤੜਾ ਜੀ ਕਸਮ ਆਪਣਾ ਵੀ ਜਾਨ ਦੱਸੋ ਮੈਨੂੰ, ਬਹੁਤ ਸੁਣਿਆ ਸੁਣਿਆ ਕਰਾਂਗਾ ਤੁਹਾਨੂੰ ਇਨਸ਼ਾਅੱਲਾ। ਮੈਂ ਤਾਂ ਫਿਰ ਮੈਂ ਤੁਹਾਨੂੰ ਐਡ ਕੀਤਾ ਹੈ, ਮੈਂ ਵੈਸੇ ਚੜਾਗਾ ਤੁਸੀਂ ਕਰ ਰਹੇ ਆ ਜ਼ਰੂਰ ਕਰੇ ਦੱਸੋ ਬੇਰੋ ਦਰਵਾਜ਼ਾ ਬੰਦ ਜਾ। ਨਾਸਰ ਕਿਸਾਨਾ ਸਾਹਿਬ ਸਾਡੇ ਸੀਨੀਅਰ ਨੇ ਜੀ, ਇਸ ਖੇਤਰ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਪੰਜਾਬੀਅਤ ਦੀ ਗੱਲ ਕਰਨ ਵਾਲੇ ਪਹਿਲਿਆਂ ਬੰਦਿਆਂ ਦੇ ਵਿੱਚ ਨਾਮ ਆਉਂਦਾ ਇਹਨਾਂ ਦਾ, ਤੇ ਬੜੇ ਮੁਸ਼ਕ ਲਾਗ ਇਨਸਾਨ ਨੇ ਜਿਹੜੇ ਵੱਖਦੇ ਨੇ ਸਾਰੇ। ਦਾਦਾ ਨੂੰ ਬਿਠਾ ਲਈਏ ਗੱਡੀ, ਬੜੀ ਮਿਹਰਬਾਨੀ। ਸਾਡੀ ਈਦ ਹੋ ਗਈ ਹੈ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ।